ਕੈਨੇਡਾ ਦੇ ਵਿੱਚ ਮਹਿੰਗਾਈ ਇਸ ਵੇਲੇ ਬਹੁਤ ਜ਼ਿਆਦਾ ਹੈ ਅਤੇ ਲੋਕ ਤੰਗ ਨੇ, ਬੜੇ ਲੰਬੇ ਸਮੇਂ ਤੋਂ ਤੰਗ ਨੇ। ਭਾਵੇਂ ਕਿ ਮਹਿੰਗਾਈ ਦੀ ਦਰ ਜਿਹੜੀ ਆ ਉਹ ਥੱਲੇ ਆ ਰਹੀ ਆ, ਲਗਾਤਾਰ ਅਸੀਂ ਚਰਚਾ ਵੀ ਕਰਦੇ ਹਾਂ, ਮਹਿੰਗਾਈ ਦੀ ਦਰ ਮਤਲਬ ਜਿਹੜੀ ਇਨਫਲੇਸ਼ਨ ਆ ਉਹ ਜਦੋਂ ਥੱਲੇ ਆਉਂਦੀ ਆ ਤਾਂ ਉਹਦੇ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਰੇਟ ਕੱਟ ਕੀਤੇ ਆ। ਪਰ ਇਹ ਜਦੋਂ ਮਹਿੰਗਾਈ ਇਹ ਦੇਖੀ ਜਾਂਦੀ ਆ ਵੀ ਥੱਲੇ ਆ ਗਈ ਆ ਤਾਂ ਓਵਰਆਲ ਦੇਖਦੇ ਆ ਥੱਲੇ ਆ ਗਈ ਆ ਵੀ ਜਿਹਦੇ ਵਿੱਚ ਕਾਰਾਂ ਦੀ ਕੀਮਤ ਵੀ ਆ, ਜਿਹਦੇ ਵਿੱਚ ਗੈਸ ਦੀ ਕੀਮਤ ਵੀ ਆ, ਜਿਹਦੇ ਵਿੱਚ ਗਰੋਸਰੀ ਸਾਰਾ ਕੁਛ ਰਲਾ ਕੇ। ਪਰ ਜਿਹੜਾ ਬੰਦੇ ਦਾ ਸਿੱਧਾ ਵਾਹ ਰੋਜ਼ ਦੀਆਂ ਚੀਜ਼ਾਂ ਦੇ ਨਾਲ ਪੈਂਦਾ ਉਹ ਖਾਣਾ ਆ, ਗਰੋਸਰੀ ਆ, ਅਤੇ ਉਹਦੇ ਨਾਲ ਲੋਕਾਂ ਦਾ ਜਿਹੜਾ ਮਤਲਬ ਜਿਹੜੇ ਨਿੱਤ ਰੋਜ਼ ਦੇ ਜਿਹੜੇ ਰੋਜ਼ਮਰਾ ਦੇ ਐਕਸਪੈਂਸ ਨੇ ਲੋਕਾਂ ਦੇ, ਉਹ ਲੋਕ ਤੰਗ ਨੇ। ਕਿਸੇ ਨੇ ਰੋਜ਼ ਭਾਵੇਂ ਕੁਛ ਵੀ ਕਰਨਾ, ਚਾਹੇ ਗੈਸ ਪਾਉਣੀ ਆ, ਜਾਂ ਉਹਨੇ ਗਰੋਸਰੀ ਲੈਣੀ ਆ, ਜਾਂ ਉਹਨੇ ਕੌਫੀ ਪੀਣੀ ਆ, ਬਾਹਰ ਜਾ ਕੇ ਖਾਣਾ ਖਾਣਾ ਆ, ਰੋਜ਼ਾਨਾ ਦੇ ਜਿਹੜੇ ਕੰਮ ਨੇ, ਉਹਨਾਂ ਕੰਮਾਂ ਦੇ ਵਿੱਚ ਜਿਹੜਾ ਲੋਕ ਤੰਗ ਨੇ ਲਗਭਗ ਅੱਧੇ 45% ਜਿਹਨੂੰ ਹੋਰ ਜਿਹੜਾ ਕਰਨਾ ਹੋਵੇ, ਜ਼ਿਆਦਾ ਐਕੂਰੇਟ ਕਰਨਾ ਹੋਵੇ, 45% ਕੈਨੇਡੀਅਨ ਇਸ ਵੇਲੇ ਇਹ ਕਹਿ ਰਹੇ ਆ ਕਿ ਵੱਧਦੀਆਂ ਕੀਮਤਾਂ ਦਾ ਉਹਨਾਂ ਦੇ ਰੋਜ਼ਮਰਾ ਦੇ ਖਰਚਿਆਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ। ਇਹ 45% 12% ਜਿਹੜੇ 12% ਪੁਆਇੰਟ ਹਾਇਰ ਆ 2 ਸਾਲ ਪਹਿਲਾਂ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਸਟੱਡੀ ਆਈ ਸੀ ਉਹਦੇ ਨਾਲੋਂ। ਇਹ ਚਿੰਤਾ ਵਾਲੀ ਗੱਲ ਆ, 12% ਹਾਇਰ ਨੇ। 45% ਦਾ ਮਤਲਬ ਇਹ ਆ ਕਿ 33% ਜਿਹੜੇ ਪਹਿਲਾਂ ਕਹਿੰਦੇ ਸੀ 2 ਸਾਲ ਪਹਿਲਾਂ ਲੋਕ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ 33% ਲੋਕ ਕਹਿੰਦੇ ਸੀ ਵੀ ਸਾਡੇ ਉੱਤੇ ਮਹਿੰਗਾਈ ਦਾ ਇੰਨਾ ਅਸਰ ਪੈ ਰਿਹਾ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਡੇ ਕੋਲੋਂ ਖਰਚਿਆਂ ਦੇ ਉੱਤੇ ਅਸਰ ਪੈ ਰਿਹਾ। ਹੁਣ ਉਹ ਗਿਣਤੀ 45% ਹੋ ਗਈ ਆ, ਜਾਣੀ ਕਿ 12% ਵਾਧਾ ਹੋ ਗਿਆ ਹੋਣਾ। ਅਤੇ ਇਹ ਚਾਹੀਦਾ ਸੀ, ਜਿਸ ਤਰੀਕੇ ਦੇ ਨਾਲ ਸਰਕਾਰ ਦੇ ਅੰਕੜੇ ਦੱਸਦੇ ਆ ਕਿ ਇਹ ਕੀਮਤਾਂ ਥੱਲੇ, ਜਿੱਦਾਂ ਮਹਿੰਗਾਈ ਘਟੀ ਆ ਅਤੇ ਲੋਕਾਂ ਦਾ ਨੰਬਰ ਥੱਲੇ ਆਉਣਾ ਚਾਹੀਦਾ ਸੀ, ਪਰ ਇਹ ਨੰਬਰ ਵੱਧ ਗਿਆ। ਇਹਦਾ ਮਤਲਬ ਗੜਬੜ ਕਿਤੇ ਨਾ ਕਿਤੇ ਹੈਗੀ ਆ, ਜਾਂ ਤਾਂ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਲੋਕ ਵਰਤਦੇ ਉਹਨਾਂ ਦੇ ਵਿੱਚ ਹਜੇ ਤੱਕ ਵਾਧਾ ਆ, ਲੋਕਾਂ ਦੀ ਆਮਦਨ ਦੇ ਵਿੱਚ ਫਰਕ ਆ, ਕਿਤੇ ਨਾ ਕਿਤੇ ਜਿਹੜੀ ਪਾਪੂਲੇਸ਼ਨ ਵੱਧ ਗਈ ਆ, ਨੌਕਰੀਆਂ ਘੱਟ ਗਈਆਂ, ਲੋਕ ਜ਼ਿਆਦਾ ਵਿਹਲੇ ਹੋ ਗਏ ਆ। ਓਵਰਆਲ ਜੇ ਦੇਖਿਆ ਜਾਵੇ ਤਾਂ ਇਹ ਨਤੀਜੇ ਬੜੇ ਸਪਸ਼ਟ ਨੇ, ਚਿੰਤਾ ਵਾਲੇ ਨੇ। ਚਲੋ 20% 33% ਤੱਕ ਮੰਨਿਆ ਜਾ ਸਕਦਾ, ਪਰ 45% ਇਹ ਲੋਕ ਕਹਿ ਰਹੇ ਆ। ਲਗਭਗ ਅੱਧਾ ਕੈਨੇਡਾ ਇਸ ਵੇਲੇ ਬਿਲਕਿਆ ਪਿਆ ਇਸ ਗੱਲ ਤੋਂ ਕਿ ਉਹਨਾਂ ਕੋਲ ਰੋਜ਼ ਦਾ ਖਾਣਾ ਪਾਣੀ ਨਹੀਂ ਪੂਰਾ ਹੋ ਰਿਹਾ। ਮਤਲਬ ਇੱਕ ਬੰਦਾ ਜਿਹੜਾ ਸਿੱਧਾ ਸਿੱਧਾ ਜਾ ਕੇ ਕਿਸੇ ਵੀ ਗਰੋਸਰੀ ਸਟੋਰ ਤੋਂ ਗਰੋਸਰੀ ਲੈ ਕੇ ਘਰ ਆ ਜਾਂਦਾ ਸੀ, ਉਹ 10 ਵਾਰੀ ਸੋਚਦਾ ਚੀਜ਼ ਲੈਣ ਲੱਗਿਆ। ਚੀਜ਼ ਲੈਣ ਤੋਂ ਬਾਅਦ ਉਹ ਇਹ ਦੇਖਦਾ ਵੀ ਸਸਤੀ ਕਿੱਥੇ ਲੱਗੀ ਆ, ਫਲਾਇਰ ਦੇਖਣੋਂ ਹਟ ਗਏ ਸੀ ਲੋਕ, ਹੁਣ ਫਲਾਇਰ ਦੇਖ ਕੇ ਜਾਂਦੇ ਆ, ਫਲਾਣੇ ਸਟੋਰ ਦੇ ਉੱਤੇ ਸਸਤੀ ਆ, ਉੱਥੋਂ ਆਹ ਲੈ ਲਓ, ਉੱਥੇ ਆਹ ਲੈ ਲਓ, ਉੱਥੇ ਆਹ ਲੈ ਲਓ, ਨਹੀਂ ਤਾਂ ਜਿੱਥੇ ਗਏ ਸੀ ਉੱਥੇ ਲੈ ਲੈਂਦੇ ਸੀ। ਲੋਕਾਂ ਨੇ ਖਾਣ ਪੀਣ ਦੀਆਂ ਆਦਤਾਂ ਬਦਲ ਲਈਆਂ। ਇਹ ਹੈਰਾਨੀ ਦੀ ਗੱਲ ਇਹ ਆ ਕਿ ਦੁਨੀਆ ਦੇ ਇੱਕ ਸਭ ਤੋਂ ਵੱਧ ਵਿਕਸਿਤ ਦੇਸ਼ਾਂ ਦੇ ਵਿੱਚੋਂ ਇੱਕ ਵਿਕਸਿਤ ਦੇਸ਼ ਕੈਨੇਡਾ, ਅਤੇ ਕੈਨੇਡਾ ਦੇ ਵਿੱਚ ਇਸ ਵੇਲੇ ਲੋਕਾਂ ਦਾ ਇਹ ਹਾਲ ਹੋਇਆ ਆ ਕਿ ਉਹ ਖਾਣ ਲੱਗੇ ਵੀ ਸੋਚਦੇ ਆ ਕਿਹੜੀ ਚੀਜ਼ ਖਾਈਏ ਅਤੇ ਕਿਹੜੀ ਨਾ ਖਾਈਏ। ਇਹ ਮਹਿੰਗਾਈ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੱਸ ਰਹੀ ਆ, 45% ਲੋਕਾਂ ਦੇ ਰੋਜ਼ਮਰਾ ਜੀਵਨ ਦੇ ਉੱਤੇ ਅਸਰ ਪਿਆ, ਮਤਲਬ ਪ੍ਰਭਾਵਿਤ ਹੋਈਆਂ ਇਹ ਚੀਜ਼ਾਂ। ਲੋਕ ਕੰਪੇਅਰ ਕਰਦੇ ਆ ਪ੍ਰਾਈਸ, ਫਲਾਇਰ ਦੇਖਦੇ ਆ, ਇੱਥੇ ਸਸਤੀ ਆ, ਇੱਥੇ ਕਿੰਨੇ ਦੀ ਆ। ਉਹ ਇਸ ਤਰੀਕੇ ਦੇ ਨਾਲ ਹੁਣ ਚੀਜ਼ਾਂ ਜਿਹੜੀਆਂ ਲੋਕਾਂ ਨੇ ਲੈਣੀਆਂ ਸ਼ੁਰੂ ਕੀਤੀਆਂ ਆ। ਜਿਹੜੇ ਇਹ ਕਹਿੰਦੇ ਆ ਕਿ ਪੈਸੇ ਦੇ ਮਾਮਲੇ ਦੇ ਵਿੱਚ ਬਹੁਤੇ ਦਿਨ ਉਹਨਾਂ ਦੇ ਉੱਤੇ ਸਟ੍ਰੈਸ ਹੁੰਦੀ ਆ, ਅਤੇ ਜਿਹੜੇ
ਸਿਰਫ ਪੰਜਾਂ ਦੇ ਵਿੱਚੋਂ ਇੱਕ ਜਣਾ ਇਸ ਵੇਲੇ ਕਹਿ ਰਿਹਾ ਆ ਕਿ ਜਿਹੜੀ ਲਾਈਫ ਸੈਟਿਸਫੈਕਸ਼ਨ ਉਹ ਦੱਸਿਆ ਜਾ ਰਿਹਾ। ਸਟੱਡੀ ਕੰਪਾਈਲ ਕੀਤੀ ਆ ਕੈਨੇਡੀਅਨ ਦਾ ਜਿਹੜਾ ਰਿਸਪੋਂਸ ਕੈਨੇਡੀਅਨਸ ਕੋਲੋਂ ਲਿਆ ਗਿਆ ਆਹ ਸਪਰਿੰਗ ਦੇ ਵਿੱਚ ਅਤੇ ਇਹਨੂੰ ਆਹ ਅੱਜ ਜਾਣੀ ਕਿ ਵੀਰਵਾਰ ਨੂੰ ਪਬਲਿਸ਼ ਕੀਤਾ ਗਿਆ। ਜਿਹੜੇ ਬੱਚੇ ਨੇ ਉਹ ਵੀ ਇੱਕ ਇੰਡੀਕੇਟਰ ਨੇ ਇਸ ਚੀਜ਼ ਦੇ, ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆ ਇਹਦਾ। 55% ਜਿਹੜੇ ਘਰ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਉੱਤੇ, ਜਿਹੜੇ 55% ਘਰ ਜਿਨ੍ਹਾਂ ਦੇ ਵਿੱਚ ਬੱਚੇ ਨੇ, ਜਾਣੀ ਬੱਚਿਆਂ ਵਾਲੇ ਘਰ ਜਿਹੜੇ ਨੇ, ਉਹ ਡੇ ਟੂ ਡੇ ਪ੍ਰੈਸ਼ਰ ਉਹਨਾਂ ਦੇ ਉੱਤੇ ਇਸ ਵੇਲੇ ਹੋ ਰਿਹਾ। ਅਤੇ ਇਹ ਪਹਿਲਾਂ 37% ਸੀਗਾ। ਸੋ ਜੇ ਬੱਚਿਆਂ ਵਾਲੇ ਘਰ ਦੇ ਉੱਤੇ ਪ੍ਰੈਸ਼ਰ ਆ ਤਾਂ ਇਹਦਾ ਮਤਲਬ ਇਹ ਆ ਕਿ ਬੱਚਿਆਂ ਦੇ ਉੱਤੇ ਵੀ ਪ੍ਰੈਸ਼ਰ ਆ। ਕਿੰਨੇ ਬੱਚੇ ਨੇ ਜਿਹੜੇ ਬਿਨਾਂ, ਮਤਲਬ ਕੋਈ ਵੇਲਾ ਹੁੰਦਾ ਸੀ ਜਾਂ ਕੈਨੇਡਾ ਦੇ ਵਿੱਚ ਉਹ ਘਰ ਆ ਜਿਨ੍ਹਾਂ ਦੇ ਵਿੱਚ ਮਾਪੇ ਉਹਨਾਂ ਨੂੰ ਬ੍ਰੇਕਫਾਸਟ ਦਿੰਦੇ ਆ ਅਤੇ ਉਹ ਵਾਪਸ ਲੈ ਆਉਂਦੇ ਆ, ਖਾਂਦੇ ਨਹੀਂ ਕਈ ਵਾਰੀ ਜਾਂ ਰੱਜੇ ਹੁੰਦੇ ਆ। ਅੱਜ ਕੈਨੇਡਾ ਦੇ ਵਿੱਚ ਇਹ ਹਾਲਤ ਆ ਕਿ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਖਾਲੀ ਆਉਂਦੇ ਆ, ਬ੍ਰੇਕਫਾਸਟ ਕਰਕੇ ਨਹੀਂ ਆਉਂਦੇ, ਨਾਲ ਲੈ ਕੇ ਨਹੀਂ ਆਉਂਦੇ। ਲੋਕਾਂ ਨੂੰ ਪੈਸੇ ਇਕੱਠੇ ਕਰਕੇ ਡੋਨੇਸ਼ਨ ਦੇ ਕੇ ਬ੍ਰੇਕਫਾਸਟ ਜਾਂ ਲੰਚ ਉਹਨਾਂ ਨੂੰ ਦੇਣਾ ਪੈ ਰਿਹਾ। ਕਿੰਨੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਡੋਨੇਟ ਕਰਦੀਆਂ ਨੇ, ਕਿੰਨੇ ਗੁਰਦੁਆਰਾ ਸਾਹਿਬ ਨੇ ਇੱਥੇ ਸਾਡੇ ਆਲੇ ਦੁਆਲੇ ਜਿਹੜੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਦੇ ਇਸ ਬ੍ਰੇਕਫਾਸਟ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ ਜਾਂ ਉਹਨਾਂ ਨੂੰ ਪਾਰਟੀਸਪੇਟ ਬ੍ਰੇਕਫਾਸਟ ਜਿਹੜਾ ਪ੍ਰੋਵਾਈਡ ਕਰਾ ਰਹੇ ਆ। 10 ਦੇ ਵਿੱਚੋਂ 4 ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਚਿੰਤਤ ਨੇ, 40% ਜ਼ਿਆਦਾ ਮਤਲਬ ਆਪਣੀ ਇਸ ਗੱਲ ਦੇ ਉੱਤੇ ਚਿੰਤਤ ਨੇ ਵੀ ਹੋਊਗਾ ਕੀ। ਇਹ 2022 ਦੇ ਵਿੱਚ 3 ਸੀ 10 ਦੇ ਵਿੱਚੋਂ, 30% ਸੀ, 10% ਸਿੱਧਾ ਵਾਧਾ ਹੋ ਗਿਆ। ਸੋ ਸਟੈਟਕੈਨ ਦੀ ਰਿਪੋਰਟ ਚਿੰਤਾ ਵਾਲੀ ਆ। ਬਹੁਤ ਵਾਰੀ ਗੱਲਾਂ ਹੁੰਦੀਆਂ ਕੈਨੇਡਾ ਦੇ ਹਾਲਾਤ ਮਾੜੇ ਆ, ਹਾਲਾਤ ਮਾੜੇ ਆ, ਕੈਨੇਡਾ ਦੇ ਹਾਲਾਤ ਸੱਚਮੁੱਚ ਮਾੜੇ ਆ। ਜਿਹੜੇ ਚਲੋ ਸਟੂਡੈਂਟਸ ਨੇ ਜਾਂ ਕੋਈ ਵਰਕ ਪਰਮਿਟ 'ਤੇ ਆ ਜਾਂ ਦੂਜਾ, ਉਹਦੀਆਂ ਸਟ੍ਰੈਸਿਸ ਤਾਂ ਆਪਣੀਆਂ ਹੈਗੀਆਂ। ਇਹ ਤਾਂ ਸਾਰੇ ਕੈਨੇਡੀਅਨ ਜੇ ਇਨਕਲੂਡਿੰਗ ਸਿਟੀਜ਼ਨ ਅਤੇ ਜਿਹੜੇ PR ਆ ਉਹਨਾਂ ਦੀ ਇਸ ਵੇਲੇ ਇਹ ਹਾਲਤ ਹੋਈ ਆ। ਦੂਜਿਆਂ ਦਾ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਜਿਹੜੇ ਵਲਨਰੇਬਲ ਨੇ ਉਹਨਾਂ ਦੀ ਹਾਲਤ ਕੀ ਹੋਈ ਹੋਊਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।